ਜਦੋਂ ਨਾ ਜਿੱਦਾਂ ਆਪਾਂ ਇਹਦੀ ਗੱਲ ਕੀਤੀ ਕੁੜੀਆਂ ਦੇ ਮੁੰਡਿਆਂ ਦੇ ਆਪਾਂ ਫਰਕ ਦੀ ਗੱਲ ਕਰਦੇ ਹਾਂ ਨਾ, ਇੱਕ ਚੀਜ਼ ਮੈਨੂੰ ਸੁਣਨ ਨੂੰ ਮਿਲੀ ਆ ਵੀ ਜਿੱਦਾਂ ਮੁੰਡੇ ਮੁੰਡੇ ਤਾਂ ਬਹੁਤ ਅੱਛੇ ਦੋਸਤ ਹੁੰਦੇ ਆ, ਕੁੜੀਆਂ ਕੁੜੀਆਂ ਦੀਆਂ ਦੋਸਤ ਨਹੀਂ ਹੁੰਦੀਆਂ, ਇਹ ਗੱਲ ਸੱਚੀ ਆ? ਨਾ, ਮੇਰੀ ਤਾਂ ਅੱਜ ਦਿਨ ਤੱਕ ਕੋਈ ਬੈਸਟ ਫਰੈਂਡ ਨਹੀਂ ਬਣੀ ਜਿਹੜੀ ਮੇਰੇ ਨਾਲ ਬਚਪਨ ਤੋਂ ਹੋਵੇ ਤਾਂ ਹੁਣ ਵੀ ਨਾਲ ਹੀ ਹੋਵੇ। ਮੈਂ ਤਾਂ ਇਹ ਚੀਜ਼ ਬਹੁਤ ਫੀਲ ਕੀਤੀ ਹੈ ਕਿ ਉਹੀ ਗੱਲ ਵੀ ਕੁੜੀਆਂ ਕੁੜੀਆਂ ਦੋਸਤ ਨਹੀਂ ਹੁੰਦੀਆਂ। ਨਹੀਂ ਹੁੰਦੀਆਂ, ਬਿਲਕੁਲ ਨਹੀਂ ਹੁੰਦੀਆਂ। ਕਿਉਂ ਨਹੀਂ ਹੁੰਦੀਆਂ? ਦੇਖੋ ਪਤਾ ਨਹੀਂ ਯਾਰ, ਬਾਕੀ ਕੁੜੀਆਂ ਹੋਣਗੀਆਂ ਜਿਨ੍ਹਾਂ ਦਾ ਬਹੁਤ ਵੱਡਾ ਸਰਕਲ ਹੋਏਗਾ, ਉਹ ਬਚਪਨ ਦੀਆਂ ਫਰੈਂਡਸ ਹੋਣਗੀਆਂ, ਹਨਾ, ਬਟ ਮੈਨੂੰ ਲੱਗਦਾ ਕਿ ਇਹਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਉਹ ਹੈ ਜੇ ਫੈਕਟਰ। ਜੇ ਬੋਲੇ ਤਾਂ? ਜੇ ਬੋਲੇ ਤਾਂ ਜੈਲਸੀ ਫੈਕਟਰ। ਅੱਛਾ, ਜੈਲਸੀ। ਹਾਂ, ਹੁਣ ਮੈਨੂੰ ਆਪਣੀ ਇੰਡਸਟਰੀ ਦੇ ਵਿੱਚ 4 ਸਾਲ ਹੋ ਗਏ ਨੇ, ਹਨਾ, ਮੈਂ ਇੰਨੇ ਸਾਰੇ ਸੈਲੀਬ੍ਰਿਟੀਜ਼ ਦੇ ਇੰਟਰਵਿਊਜ਼ ਲਏ ਨੇ ਜਿਨ੍ਹਾਂ ਨੂੰ ਆਪਾਂ ਫਿਲਮਸ ਦੇ ਵਿੱਚ ਦੇਖਦੇ ਸੀ, ਉਹੀ ਕੁੜੀਆਂ ਨੇ ਜੋ ਇੱਕ ਟਾਈਮ 'ਚ ਬੋਲਦੀਆਂ ਸੀ, ਹਨਾ, ਹੋਸਟਲ ਦੇ ਵਿੱਚ, ਪਰਮੀਸ਼ ਵਰਮਾ ਕੇ ਹਮ ਇਤਨੇ ਬੜੇ ਫੈਨ ਹੈ, ਉਸਕੀ ਮੂਵੀ ਦੇਖਨੇ ਜਾਏਂਗੇ, ਆਈ ਲਵ ਪਰਮੀਸ਼ ਵਰਮਾ। ਅੱਜ ਤੁਸੀਂ ਉਸ ਪਰਮੀਸ਼ ਵਰਮਾ ਦਾ ਇੰਟਰਵਿਊ ਵੀ ਕਰ ਲਿਆ ਨਾ, ਉਹ ਕੁੜੀ ਤੁਹਾਨੂੰ ਕਦੀ ਐਪਰੀਸ਼ੀਏਟ ਨਹੀਂ ਕਰੇਗੀ। ਉਹਦੇ ਕੋਲੋਂ ਇੱਕ ਉਹ ਰਿਐਕਸ਼ਨ ਵੀ ਨਹੀਂ ਦਿੱਤਾ ਜਾਏਗਾ। ਕਿਉਂ ਨਹੀਂ ਦਿੱਤਾ ਜਾਏਗਾ? ਜੈਲਸੀ ਦੇ ਕਾਰਨ ਹੀ। ਜੈਲਸੀ ਹੀ ਹੋਏਗੀ, ਹੋਰ ਕੀ ਰੀਜ਼ਨ ਹੋਏਗਾ ਦੱਸੋ? ਬਿਲਕੁਲ, ਮਤਲਬ ਮੈਂ ਤੁਸੀਂ ਦੇਖਿਆ ਹੋਏਗਾ ਮੈਂ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ਤੇ ਨਾ ਆਪਣਾ ਕੰਮ ਬਹੁਤ ਘੱਟ ਸ਼ੋ ਕਰਦੀ ਆ, ਕਿਉਂਕਿ ਮੈਂ ਦੇਖਿਆ ਯਾਰ ਪਤਾ ਨਹੀਂ ਕਿਹੋ ਜਿਹੇ ਅੰਗਰੇਜ਼ ਬੱਚੇ ਜੰਮੇ ਨੇ, ਜਾਂ ਤਾਂ ਇਹ ਇਹਨਾਂ ਨੂੰ ਪੰਜਾਬੀ ਇੰਡਸਟਰੀ ਬਾਰੇ ਪਤਾ ਹੀ ਨਹੀਂ ਹੈ। ਕਦੀ ਮੈਂ ਕਿਸੇ ਨੂੰ ਬੋਲ ਵੀ ਦੇਵਾਂ ਕਿ ਮੈਂ ਇਸ ਪਰਸਨ ਦੇ ਇੰਟਰਵਿਊ ਕੀਤਾ, ਉਹ ਕੌਣ ਹੈ, ਕਿਸੇ ਫਿਲਮ 'ਚ ਆਤਾ ਹੈ, ਆਪਣੇ ਆਪ ਨੂੰ ਨਾ ਬਹੁਤ ਵੱਡਾ ਦਿਖਾਣਗੇ ਕਿ ਸਾਨੂੰ ਤਾਂ ਪੰਜਾਬੀ ਇੰਡਸਟਰੀ ਬਾਰੇ ਪਤਾ ਹੀ ਨਹੀਂ ਹੈ, ਅਸੀਂ ਤਾਂ ਮਤਲਬ ਪਤਾ ਨਹੀਂ ਕਿਹੜੀ ਟੌਪ ਚੀਜ਼ ਹੈਗੇ, ਸਾਨੂੰ ਪੰਜਾਬੀ ਇੰਡਸਟਰੀ ਬਾਰੇ ਨਹੀਂ ਪਤਾ। ਪਹਿਲਾਂ ਨਾ ਮੈਨੂੰ ਬਹੁਤ ਚੀਜ਼ਾਂ ਇਹ ਫੀਲ ਹੁੰਦੀਆਂ ਸੀ, ਹੁਣ ਤਾਂ ਅਗਰ ਮੈਂ ਕਦੇ ਕਿਸੇ ਨੂੰ ਕਹਾਂ ਕਿ ਮੈਂ ਇਹਨਾਂ ਦਾ ਇੰਟਰਵਿਊ ਕੀਤਾ ਤੇ ਅੱਗੋਂ ਕੋਈ ਬੋਲਦੇ ਨਾ ਕਿ ਪਤਾ ਨਹੀਂ ਹਮ ਨਹੀਂ ਜਾਣਦੇ, ਤਾਂ ਮੈਂ ਕਹਿੰਦੀ ਹਾਂ ਪਹਿਲਾਂ ਗੂਗਲ ਕਰ, ਗੂਗਲ ਖੋਲ ਤੇ ਸਰਚ ਕਰ ਕੌਣ ਹੈ, ਜਾਂ ਇੰਸਟਾਗ੍ਰਾਮ ਤੇ ਸਰਚ ਕਰ, ਫਿਰ ਗੱਲ ਕਰੇ, ਹਨਾ। ਮਤਲਬ 4 ਸਾਲ ਹੋ ਗਏ ਨੇ ਮੈਨੂੰ ਇਸ ਇੰਡਸਟਰੀ ਦੇ ਵਿੱਚ, ਬਟ ਮੈਨੂੰ ਅੱਜ ਤੱਕ ਮੇਰੀ ਫਰੈਂਡ ਨੇ ਜਿਨ੍ਹਾਂ ਨੇ ਮੇਰੇ ਨਾਲ ਮਾਸਟਰਸ ਕੀਤੀ ਹੈ ਨਾ, ਜਿਨ੍ਹਾਂ ਕੁੜੀਆਂ ਨੇ ਮੇਰੇ ਨਾਲ ਡਿਗਰੀ ਕੀਤੀ ਹੈ, ਉਹਨਾਂ ਵਿੱਚੋਂ ਕਿਸੇ ਵੀ ਕੁੜੀ ਨੇ ਅੱਜ ਦਿਨ ਤੱਕ ਕਦੀ ਮੇਰੀ ਇੰਟਰਵਿਊ ਨੂੰ ਐਪਰੀਸ਼ੀਏਟ ਨਹੀਂ ਕੀਤਾ, ਜਾਂ ਕਦੀ ਮੇਰੇ ਕੰਮ ਨੂੰ ਐਪਰੀਸ਼ੀਏਟ ਨਹੀਂ ਕੀਤਾ। ਸੋ ਆਈ ਥਿੰਕ ਇਹਦਾ ਸਭ ਤੋਂ ਵੱਡਾ ਰੀਜ਼ਨ ਹੈ ਜੈਲਸੀ। ਅੱਜ ਉਹ ਕੁੜੀਆਂ ਵਿਆਹ ਕਰਾ ਰਹੀਆਂ ਨੇ ਤੇ ਬੱਚੇ ਪੈਦਾ ਕਰ ਰਹੀਆਂ ਨੇ, ਬਟ ਹਾਂ ਇੰਨਾ ਜ਼ਰੂਰ ਉਹਨਾਂ ਨੂੰ ਯਾਦ ਰਹਿੰਦਾ ਕਿ ਇਹ ਯਾਦ ਕਰਾਉਣਾ ਲਵਲੀਨ ਨੂੰ, ਆਪਣੇ ਪੇਰੈਂਟਸ ਕੋ ਬੋਲਤੇ ਲਈ ਲੜਕਾ ਢੂੰਡੇ ਢੂੰਡ ਨਹੀਂ ਰਹੇ ਹੈ ਕਿਆ ਵੋ, ਅਬ ਤੂੰ ਵੀ ਕਰਾ ਲੇ ਸ਼ਾਦੀ ਸ਼ੂਦੀ। ਮਤਲਬ ਇਹ ਯਾਦ ਕਰਾਉਣਾ ਜ਼ਰੂਰ ਕਿ ਵਿਆਹ ਕਰਾ ਲਓ, ਪਰ ਇਹ ਉਹਨਾਂ ਨੂੰ ਨਹੀਂ ਪਤਾ ਕਿ 4 ਸਾਲਾਂ 'ਚ ਮੇਰੀ ਕਿੰਨੀ ਗਰੋਥ ਹੋਈ ਹੈ, ਮੈਂ ਕਿੱਥੇ ਪਹੁੰਚੀ ਹੈ, ਮੈਂ ਕੀ ਕੰਮ ਕੀਤਾ, ਉਹ ਕੁਛ ਮੈਟਰ ਹੀ ਨਹੀਂ ਕਰਦਾ। ਇਸ ਟਾਈਮ ਸਭ ਤੋਂ ਵੱਡਾ ਲਾਈਫ ਦਾ ਮੁੱਦਾ ਹੈ ਕਿ ਵਿਆਹ ਕਰਾਓ ਸਾਰਿਆਂ ਦਾ। 90s ਵਾਲੇ ਕਿਡਸ ਦਾ ਵਿਆਹ ਹੋ ਰਿਹਾ, 90s ਵਾਲੇ ਜਨਰੇਸ਼ਨ ਹੁਣ ਵਿਆਹ ਕਰਾ ਰਹੀ ਹੈ, ਤਾਂ ਵਿਆਹ ਕਰਾ ਲਓ, ਵਰਨਾ ਤੁਹਾਡੀ ਏਜ ਨਿਕਲ ਜਾਏਗੀ, ਤੁਸੀਂ ਬੁੱਢੇ ਹੋ ਜਾਓਗੇ, ਤੁਸੀਂ ਇਕੱਲੇ ਮਰ ਜਾਓਗੇ, ਬਟ ਵਿਆਹ ਕਰਾਉਣਾ ਜ਼ਿਆਦਾ ਜ਼ਰੂਰੀ ਹੈ। ਉਸਕੀ ਵੀ ਸ਼ਾਦੀ ਹੋ ਗਈ, ਚੱਲ ਅੱਛਾ ਹੁਆ, ਤੂੰ ਵੀ ਕਰਾ ਲੈ। ਅਬ ਬਈ ਮੈਂ ਕਹਿੰਦੀ ਹਾਂ ਕਿ ਇੰਸਟਾਗ੍ਰਾਮ ਖੋਲੋ, ਸਾਰਿਆਂ ਦੇ ਵਿਆਹ ਹੋ ਰਹੇ ਨੇ, ਕਿਸੇ ਨੂੰ ਕੰਗ੍ਰੈਚੁਲੇਸ਼ਨ ਕਹਿ ਦਿਓ ਗਲਤੀ ਨਾਲ, ਤਾਂ ਅੱਗਾ ਇਹ ਜਵਾਬ ਹੁੰਦਾ ਤੁਸੀਂ ਕਦੋਂ ਕਰਾ ਰਹੇ ਹੋ ਵਿਆਹ। ਲੈ ਕੰਮ ਧੰਦਾ ਛੱਡ ਕੇ ਵਿਆਹ ਹੀ ਕਰਾਓ ਪਹਿਲੇ, ਮੈਂ ਤਾਂ ਕਹਿੰਦੀ ਹਾਂ। ਬਿਲਕੁਲ।